ਜਿੱਥੇ ਪਿਛਲੇ ਦਿਨੀ ਚੰਡੀਗੜ੍ਹ ਦੇ ਭਾਜਪਾ ਮੇਅਰ ਬਣਨ ਤੇ ਬਵਾਲ ਹੋ ਗਿਆ ਸੀ, ਉੱਥੇ ਪਹਿਲੀ ਪਰਸਨ ਅਤੇ ਮੇਅਰ ਸਰਬਜੀਤ ਕੌਰ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਨਵੀਂ ਮੇਅਰ ਨੂੰ ਰਾਜਨੀਤੀ ਦਾ ਅਨੁਭਵ ਘੱਟ ਹੋਣ ਅਤੇ ਨਗਰ ਨਿਗਮ ਵਿੱਚ ਵਿੱਤੀ ਸੰਕਟ ਹੋਣ ਦੇ ਕਾਰਨ ਉਹਨਾਂ ਨੂੰ ਸਾਰੇ ਦਲਾਂ ਦੇ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। 42 ਸਾਲ ਦੀ ਸਰਬਜੀਤ ਕੌਰ ਨੇ ਮੇਅਰ ਬਣਨ ਤੋਂ ਬਾਅਦ ਆਪਣੇ ਇਰਾਦੇ ਵੀ ਸਾਫ਼ ਕਰ ਦਿੱਤੇ ਹਨ। ਦਰਅਸਲ ਸੋਮਵਾਰ ਨੂੰ ਮੇਅਰ ਸਰਬਜੀਤ ਕੌਰ ਨੇ ਆਪਣਾ ਪਦਭਾਰ ਸੰਭਾਲਿਆ ਅਤੇ ਆਉਂਦੇ ਹੀ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਦੀ ਪਹਿਲ ਸ਼ਹਿਰ ਜੋ ਸਫਾਈ ਦੇ ਮਾਮਲੇ ਵਿੱਚ 66ਵੇਂ ਨੰਬਰ 'ਤੇ ਚਲਾ ਗਿਆ ਹੈ, ਇਸ ਨੂੰ ਫਿਰ ਤੋਂ ਨੰਬਰ 1 'ਤੇ ਲੈ ਕੇ ਆਉਣਾ ਹੈ। ਇਸ ਨੂੰ ਲੈ ਕੇ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਗੀ। ਚੰਡੀਗੜ੍ਹ ਵੱਲ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ ਕਿ ਐਜ਼ ਏ ਮੇਅਰ ਉਹਨਾਂ ਨੇ ਮੈਨੂੰ ਚੁਣਿਆ। ਮੇਰੇ 'ਤੇ ਜੋ ਵਿਸ਼ਵਾਸ ਜਤਾਇਆ, ਮੈਂ ਉਸ ਵਿਸ਼ਵਾਸ 'ਤੇ ਪੂਰਾ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੀ। ਸਭ ਤੋਂ ਪਹਿਲਾਂ ਤਾਂ ਜੋ ਪੈਂਡਿੰਗ ਨੇ ਕੰਮ ਜੋ ਚੱਲ ਰਹੇ ਨੇ, ਅਸੀਂ ਉਹਨੂੰ ਕੰਟੀਨਿਊ ਕਰਾਂਗੇ। ਅਤੇ ਦੂਜਾ ਹੈ ਕਿ ਸਾਫ਼ ਸਫਾਈ ਦੇ ਮਾਮਲੇ ਜੋ ਚੰਡੀਗੜ੍ਹ ਬਹੁਤ ਪਿਛੜ ਗਿਆ, ਅਸੀਂ ਉਹਨੂੰ 1 ਨੰਬਰ 'ਤੇ ਲੈ ਕੇ ਆਵਾਂਗੇ। ਉਹਦੇ ਲਈ ਅਸੀਂ ਕੱਲ੍ਹ ਸਾਰੇ ਤਿੰਨੋਂ ਮੇਅਰ, ਡਿਪਟੀ ਮੇਅਰ, ਸੀਨੀਅਰ ਡਿਪਟੀ ਮੇਅਰ, ਅਸੀਂ ਸਾਰੇ ਗਵਰਨਰ ਹਾਊਸ ਗਏ ਸੀਗੇ, ਸਰ ਨੂੰ ਮਿਲੇ ਹੈ। ਅਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਡੱਡੂ ਮਾਜਰ ਜੋ ਮੇਨ ਡੰਪਿੰਗ ਗਰਾਊਂਡ ਹੈ, ਕੂੜੇ ਦਾ ਢੇਰ ਜੋ ਮੇਨ ਪ੍ਰੋਬਲਮ ਹੈ, ਤੁਸੀਂ ਸਾਨੂੰ ਟਾਈਮ ਦਿਓ, ਇੱਕ ਵਾਰ ਉੱਥੇ ਆ ਕੇ ਵਿਜ਼ਿਟ ਕਰੋ, ਦੇਖੋ, ਤਾਂ ਕਿ ਉਹਨੂੰ ਅਸੀਂ ਉੱਥੋਂ ਹਟਾ ਸਕੀਏ, ਸਾਫ਼ ਸਫਾਈ ਕਰ ਸਕੀਏ ਅਤੇ ਆਪਣੇ ਚੰਡੀਗੜ੍ਹ ਨੂੰ ਨੰਬਰ 1 ਬਣਾ ਸਕੀਏ। ਸਭ ਤੋਂ ਪਹਿਲਾਂ ਤਾਂ ਮੈਂ ਪਬਲਿਕ ਨੂੰ ਡਿਮਾਂਡ ਕਰੂੰਗੀ, ਦੇਖੋ ਰਿਕੁਐਸਟ ਕਰੂੰਗੀ ਕਿ ਇਹ ਸਾਫ਼ ਸਫਾਈ ਹੈ ਨਾ ਜੋ ਅਸੀਂ ਮਿਲ ਕੇ ਕਰਾਂਗੇ ਤਾਂ ਆਪਣਾ ਸਿਟੀ ਸਾਫ਼ ਹੋਏਗੀ। ਈਵਨ ਮੇਥੋਂ ਵੀ ਲਾ ਕੇ ਅਸੀਂ ਆਪਣੇ ਘਰ ਦੀ ਸਾਫ਼ ਸਫਾਈ ਜਿਵੇਂ ਕਰਦੇ ਹਾਂ, ਉਸ ਤਰ੍ਹਾਂ 50% ਸਾਡੇ ਸਫਾਈ ਵਰਕਰ ਸਾਡਾ ਸਾਥ ਦੇਣਗੇ, 50% ਪਬਲਿਕ ਸਾਨੂੰ ਸਪੋਰਟ ਕਰੇਗੀ, ਤਾਂ ਅਸੀਂ ਇੱਕ ਸੁੰਦਰ ਸ਼ਹਿਰ ਬਣਾ ਸਕਾਂਗੇ। ਅਤੇ ਮੈਂ ਸਭ ਨੂੰ, ਜਿਵੇਂ ਕਰੋਨਾ ਦੁਬਾਰਾ ਇਹ ਬਹੁਤ ਫੈਲ ਰਿਹਾ, ਇਹਦੇ ਲਈ ਸਭ ਨੂੰ ਅਪੀਲ ਕਰਾਂਗੀ ਕਿ ਮਾਸਕ ਜ਼ਰੂਰ ਲਗਾਉਣ ਅਤੇ ਆਪਣੇ ਹੈਂਡ ਵਾਸ਼ ਕਰਨ ਅਤੇ ਡਿਸਟੈਂਸ ਦਾ ਬਹੁਤ ਧਿਆਨ ਰੱਖਣ। ਕਿਸੇ ਦੀ ਜਾਨ ਨਾਲ ਅਸੀਂ ਖਿਲਵਾੜ ਨਹੀਂ ਕਰ ਸਕਦੇ, ਅਗਰ ਲੋਕ ਇੰਨੀ ਲਾਪਰਵਾਹੀ ਵਰਤਣਗੇ ਤਾਂ ਜ਼ਰੂਰ ਕਰਾਂਗੇ, ਉਹਨਾਂ ਦੇ ਚਲਾਨ ਕੱਟਾਂਗੇ। ਪਰ ਮਤਲਬ ਦੇਖੋ, ਆਪਣੀ ਸਿਹਤ ਉੱਪਰ ਕੁਛ ਨਹੀਂ, ਜ਼ਿੰਦਗੀ ਹੈ ਤਾਂ ਅੱਗੇ ਸਭ ਕੁਛ ਹੈ। ਇਸ ਲਈ ਮੈਂ ਕਹੂੰਗੀ ਕਿ ਪਲੀਜ਼ ਮਤਲਬ ਡਿਸਟੈਂਸ ਰੱਖ, ਮਾਸਕ ਜ਼ਰੂਰ ਕਰਨ, ਪਬਲਿਕ ਪਲੇਸ 'ਤੇ ਜ਼ਿਆਦਾ ਭੀੜ 'ਤੇ ਨਾ ਜਾਣ। ਉੱਥੇ ਇਸ ਮੌਕੇ ਉਹਨਾਂ ਦੇ ਪਤੀ ਅਤੇ ਸਾਬਕਾ ਕੌਂਸਲਰ ਜਗਤਾਰ ਜੱਗਾ ਨੇ ਕਿਹਾ ਕਿ ਉਹ ਮੇਅਰ ਪਦ ਉੱਤੇ ਜਿੱਤਣ ਤੋਂ ਬਾਅਦ ਐਕਟਿਵ ਹੋ ਗਏ ਹਨ ਅਤੇ ਲਗਾਤਾਰ ਸ਼ਹਿਰ ਦੇ ਮਸਲਿਆਂ ਨੂੰ ਸੁਲਝਾਉਣ ਵਿੱਚ ਲੱਗ ਗਏ ਹਨ। ਇੱਥੇ ਤੱਕ ਕਿ ਉਹ ਐਤਵਾਰ ਦੇ ਦਿਨ ਤੋਂ ਹੀ ਲੋਕਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਏ ਹਨ। ਸ਼ਹਿਰ ਨੂੰ ਸਫਾਈ ਦੇ ਮਸਲੇ 'ਤੇ ਕਿਵੇਂ ਨੰਬਰ 1 ਉੱਤੇ ਲਿਆਇਆ ਜਾਵੇ, ਇਹ ਉਹਨਾਂ ਦੀ ਪਹਿਲ ਰਹੇਗੀ। ਅਸੀਂ ਮਸ਼ਵਰਾ ਕੀਤਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਅੱਜ ਸੰਦੇਸ਼ FM 'ਤੇ ਵੀ ਦਿੱਤਾ ਕਿ ਇਕੱਲਾ ਮੇਅਰ ਜਾਂ ਇਕੱਲੇ ਸਫਾਈ ਕਰਮਚਾਰੀ ਕੁਛ ਨਹੀਂ ਕਰ ਸਕਦੇ ਜਦੋਂ ਤੱਕ ਲੋਕਾਂ ਦਾ ਸਹਿਯੋਗ ਨਾ ਹੋਏ। ਮੈਂ ਕਹਿੰਦਾ ਕਿ ਸਾਡੇ ਪੜ੍ਹੇ ਲਿਖੇ ਲੋਕ ਨੇ ਬਹੁਤ ਇੱਥੇ ਅਤੇ ਉਹ ਸਾਨੂੰ ਇਸ 'ਚ ਸਹਿਯੋਗ ਵੀ ਕਰਨਗੇ। ਜਿੱਦਾਂ ਇੰਦੌਰ ਵਾਲਿਆਂ ਨੇ ਕਸਮ ਖਾਧੀ ਹੈ ਕਿ ਅਸੀਂ ਸਵੱਛ ਇੰਦੌਰ ਬਣਾਉਣਾ ਹੈ, ਅਸੀਂ ਗੰਦਗੀ ਨਹੀਂ ਫੈਲਾਉਣੀ, ਅਤੇ ਅਸੀਂ ਵੀ ਇਹੀ ਕਹਾਂਗੇ ਆਪਣੇ ਲੋਕਾਂ ਨੂੰ ਕਿ ਉਹ ਵੀ ਇੱਕ ਕਸਮ ਖਾ ਲੈਣ ਆਪਣੇ ਆਪ 'ਚ, ਨਾ ਅਸੀਂ ਗੰਦ ਫੈਲਾਵਾਂਗੇ ਨਾ ਹੀ ਕਿਸੇ ਨੂੰ ਫੈਲਾਉਣ ਦੇਵਾਂਗੇ। ਜਦ ਅਸੀਂ ਸਾਰਾ ਸ਼ਹਿਰ ਇੱਕਜੁੱਟ ਹੋ ਕੇ ਸੋਚ ਲਵੇਗਾ ਤਾਂ ਮੈਨੂੰ ਪੂਰੀ ਉਮੀਦ ਹੈ ਕਿ 96 ਨੰਬਰ ਤੋਂ 1 ਨੰਬਰ 'ਚ ਆਉਣ 'ਚ ਟਾਈਮ ਨਹੀਂ ਲੱਗੇਗਾ। ਅਸੀਂ ਆਪਣੇ ਮਾਣਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂ, ਬਨਵਾਰੀ ਲਾਲ ਪੁਰੋਹਿਤ ਜੀ ਨੂੰ, ਅਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਉਹ ਜਲਦੀ ਹੀ, ਅੱਜ ਸਾਡਾ ਲੈਟਰ ਚਲਾ ਗਿਆ ਟਾਈਮ ਲਈ ਕਿ ਸਾਨੂੰ ਟਾਈਮ ਦੇਣ। ਕਿ ਮੇਅਰ ਸਾਹਿਬ ਨੇ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਦੇਖੋ ਸੰਡੇ ਦਾ ਦਿਨ ਹੈ, ਮੈਂ ਘਰ ਨਹੀਂ ਬੈਠਣਾ, ਮੈਂ ਸ਼ਹਿਰ ਲਈ ਇੱਕ ਇੱਕ ਮਿੰਟ ਲਾਉਣਾ ਚਾਹੁੰਦੀ ਹਾਂ ਜਿੱਦਾਂ ਮੈਨੂੰ ਸਮਾਂ ਮਿਲਿਆ। ਉਸ ਲਈ ਉਹਨਾਂ ਨੇ ਗਵਰਨਰ ਸਾਹਿਬ ਦੇ ਅੱਗੇ ਰਿਕੁਐਸਟ ਕੀਤੀ ਕਿ ਜੋ ਇਹ ਡੱਡੂ ਮਾਜਰ ਡੰਪਿੰਗ ਗਰਾਊਂਡ ਹੈ, ਇਹਨੂੰ ਉਹ ਖੁਦ ਆ ਕੇ ਦੇਖਣ। ਅਸੀਂ ਨਹੀਂ ਚਾਹੁੰਦੇ ਕਿ ਅਫਸਰ ਦਫ਼ਤਰਾਂ ਦੇ ਵਿੱਚ ਬੈਠ ਕੇ ਫੈਸਲੇ ਲੈਣ, ਅਸੀਂ ਕਹਿੰਦੇ ਕਿ ਅਫਸਰ ਵੀ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਮੁਸ਼ਕਲਾਂ ਸੁਣਨ ਅਤੇ ਉਹਨਾਂ ਨੂੰ ਹੱਲ ਕਰਨ 'ਚ ਕਾਰਪੋਰੇਸ਼ਨ ਦੀ ਮੇਅਰ ਦੀ ਮਦਦ ਕਰਨ। ਦੇਖਣ ਵਾਲੀ ਗੱਲ ਹੋਵੇਗੀ ਕਿ ਨਵੀਂ ਬਣੀ ਮੇਅਰ ਕੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗੀ। ਜਗਬਾਣੀ TV ਲਈ ਭਗਵਤ ਸਿੰਘ ਦੀ ਰਿਪੋਰਟ।